ਇਹ ਤਾਂ ਐਵੇਂ ਹੀ ਕਹਿਣ ਦੀਆਂ ਗੱਲਾਂ। ਕਦੇ ਗਰੀਬਾਂ ਨੇ ਵੀ ਹਕੂਮਤ ਕੀਤੀ ਹੈ? ਹੁਣ ਕਰਨਗੇ। ਦਸਮ ਪਾਤਸ਼ਾਹ ਨੇ ਅਨਹੋਣੀ ਨੂੰ ਹੀ ਹੋਣੀ ਕਰਨ ਲਈ ਖਾਲਸਾ ਸਿਰਜਿਆ। ਭਾਈ ਦਇਆ ਸਿੰਘ ਜੀ, ਤੁਸੀਂ ਕਿਲੇ ਚੋਂ ਨਿਕਲਿਆ ਸ਼ਾਹੀ ਖਜ਼ਾਨਾ ਗਰੀਬਾਂ ਚ ਵੰਡਾਓ, ਅਸੀਂ ਆਏ। ਗੁਰੂ ਗੋਬਿੰਦ, ਗੁਰੂ ਗੋਬਿੰਦ ਬੰਦਾ ਥਾਪਿਆ ਇੱਕ ਸੂਰਾ ਜੰਗੀ, ਉਹ ਚੜਿਆ ਜਦੋਂ ਨੰਦੇੜ ਤੋਂ ਫੁੱਲ ਧਰਤੀ ਕੰਬੀ, ਉਹਦੇ ਖੰਡੇ ਨੇ ਲਹੂ ਪੀਣ ਗਰੀਬ ਦਾ ਉਹਦੀ ਨੱਪੀ ਸੰਗੀ, ਜਿਨ ਫੜਿਆ ਗਲ ਗਰੀਬ ਦਾ ਉਹਦੀ ਨੱਪੀ ਸੰਗੀ। ਚੰਗੀ।